ਓਸ਼ੋ ਦੇ ਲੈਕਚਰ ਪ੍ਰਸ਼ਨ ਹੈ ਇੱਕ ਮਿੱਤਰ ਨੇ ਪੁੱਛਿਆ ਕਿ ਨਗਨਤਾ ਉੱਤੇ ਰੋਕ ਕਿਉਂ ਲਾਈ ਗਈ ਹੈ ਕਿ ਇਹਦਾ ਉਪਯੋਗ ਨਹੀਂ ਹੈ ਨਗਨਤਾ ਦਾ ਉਪਯੋਗ ਹੈ ਸਿਰਫ ਨਗਨਤਾ ਨਗਨਤਾ ਹੀ ਨਹੀਂ ਹੈ ਇਸ ਲਈ ਤੁਹਾਡੇ ਵਸਤਰਾਂ ਦੇ ਨਾਲ ਤੁਹਾਡੀ ਸੰਸਕ੍ਰਿਤੀ ਤੁਹਾਡੀ ਸਿੱਖਿਆ ਤੁਹਾਡੇ ਸੰਸਕਾਰ ਸਾਰੇ ਜੁੜੇ ਹੋਏ ਹਨ ਉਹਨਾਂ ਨੂੰ ਲਾ ਕੇ ਰੱਖ ਦਿਆਂ ਹੀ ਉਹ ਸਭ ਵੀ ਜੋ ਤੁਹਾਡੇ ਉੱਤੇ ਚੜਿਆਏ ਵਸਤਰਾ ਵਾਂਗ ਲਾ ਕੇ ਰੱਖ ਦਿੱਤਾ ਜਾ ਸਕਦਾ ਹੈ ਨਗਨ ਹੋਣ ਦਾ ਭੈ ਹੀ ਇਹੀ ਹੈ ਕਿ ਮੈਂ ਜਿਹੋ ਜਿਹਾ ਹਾਂ ਉਹੋ ਜਿਹਾ ਹੀ ਦਿਖਾਈ ਨਾ ਪੈ ਜਾਵਾਂ ਬਾਰਲੀ ਨਗਨਤਾ ਦਾ ਪਹਿਲਾ ਪੜਾ ਹੈ ਅਸਲ ਵਿੱਚ ਤਾਂ ਨਗਨ ਅੰਦਰ ਹੋਣਾ ਹੈ ਕਿ ਮੈਂ ਜਿਹੋ ਜਿਹਾ ਹਾਂ ਉਹੋ ਜਿਹਾ ਹੀ ਪ੍ਰਗਟ ਹੋ ਜਾਵਾਂ ਕੋਈ ਨਕਾਬ ਕੋਈ ਚਿਹਰਾ ਕੋਈ ਮਖੌਟਾ ਕੋਈ ਉੱਪਰ ਦਾ ਕੱਜਨ ਜੋ ਝੂਠਾ ਹੈ ਮੇਰੇ ਉੱਪਰ ਨਾ ਰਹੇ ਲੇਕਿਨ ਮਨੁੱਖ ਕਿਉਂਕਿ ਬਾਹਰ ਹੀ ਜਾਂਦਾ ਹੈ ਇਸ ਲਈ ਬਾਹਰ ਦੀ ਨਗਨਤਾ ਵੀ ਅੰਦਰ ਦੀ ਨਗਨਤਾ ਵੱਲ ਸਹਿਯੋਗੀ ਹੁੰਦੀ ਹੈ ਨਗਨ ਹੋਣ ਵਿੱਚ ਭੈ ਵੀ ਲੱਗਦਾ ਹੈ ਕਿਉਂਕਿ ਵਸਤਰਾ ਨੇ ਤੁਹਾਨੂੰ ਉਹ ਰੂਪ ਦਿੱਤਾ ਹੈ ਜੋ ਤੁਹਾਡੇ ਸਰੀਰ ਉੱਤੇ ਨਹੀਂ ਹੈ ਵਸਤਰਾ ਨੇ ਤੁਹਾਨੂੰ ਢੱਕ ਰੱਖਿਆ ਹੈ ਵਸਤਰਾ ਨੇ ਤੁਹਾਨੂੰ ਛੁਪਾ ਰੱਖਿਆ ਹੈ ਦੂਜੇ ਦੀਆਂ ਅੱਖਾਂ ਤੋਂ ਤੁਸੀਂ ਵਸਤਰਾ ਦੇ ਕਾਰਨ ਬਚ ਜਾਂਦੇ ਹੋ ਨਗਨ ਖੜੇ ਹੋਣ ਦਾ ਅਰਥ ਹੈ ਕਿ ਮੈਂ ਜਿਹੋ ਜਿਹਾ ਹਾਂ ਪਲਾਪੁਰਾ ਸੁੰਦਰ ਸੁੰਦਰ ਉਹ ਜਿਹਾ ਪ੍ਰਗਟਾਂ ਤੇ ਖੁਦ ਨੂੰ ਛਪਾਉਂਦਾ ਨਹੀਂ ਹਾਂ ਇੱਕ ਪ੍ਰਤੀਕ ਹੈ ਤੇ ਸਵੇਰ ਦੇ ਧਿਆਨ ਚ ਦੂਜੇ ਪੜਾਅ ਚ ਜਦ ਕੇ ਮੈਂ ਤੁਹਾਨੂੰ ਕਹਿਣਾ ਜੋ ਵੀ ਤੁਹਾਡੇ ਅੰਦਰ ਹੋਵੇ ਉਹਨੂੰ ਪ੍ਰਗਟ ਕਰ ਦਿਓ ਸੁਭਾਵਿਕੀ ਵਸਤਰਾ ਨੂੰ ਲਾ ਸੁੱਟਣ ਦਾ ਖਿਆਲ ਵੀ ਪੈਦਾ ਹੁੰਦਾ ਤੇ ਵਸਤਰਾ ਨੂੰ ਜਿਹੜਾ ਲਾ ਕੇ ਰੱਖ ਦਿੰਦਾ ਉਹਨੂੰ ਦੂਜੇ ਪੜਾਅ ਚ ਆਪਣੇ ਸ਼ੁਦਾ ਨੂੰ ਪ੍ਰਗਟ ਕਰਨ 'ਚ ਜ਼ਿਆਦਾ ਆਸਾਨੀ ਹੋ ਜਾਂਦੀ ਹੈ ਕਿਉਂਕਿ ਜਿਹੜਾ ਨਗਨ ਹੋਣ ਨੂੰ ਰਾਜ਼ੀ ਹੋ ਗਿਆ ਉਹਨੂੰ ਹੁਣ ਦੂਜੇ ਦੀ ਚਿੰਤਾ ਨਹੀਂ ਹੈ ਹੁਣ ਉਹ ਚੀਕ ਵੀ ਸਕਦਾ ਹੈ ਚਿੱਲਾ ਵੀ ਸਕਦਾ ਹੈ ਨੱਚ ਵੀ ਸਕਦਾ ਹੈ ਦੂਜੇ ਦੀ ਚਿੰਤਾ ਜਿਵੇਂ ਵਸਤਰਾਂ ਦੇ ਨਾਲ ਹੀ ਲੱਗ ਗਈ ਹੈ ਦੂਜੇ ਕੀ ਕਹਿਣਗੇ ਜਿਹਨੂੰ ਇਸ ਗੱਲ ਦਾ ਭੈ ਹੈ ਉਹ ਤਾਂ ਵਸਤਰ ਵੀ ਨਹੀਂ ਲਾ ਸਕੇਗਾ ਸਹਿਯੋਗੀ ਹੈ ਕਿ ਵਸਤਰਾਂ ਨੂੰ ਲਾ ਕੇ ਰੱਖ ਕੇ ਹੀ ਸਵੇਰ ਦੇ ਧਿਆਨ 'ਚ ਪ੍ਰਵੇਸ਼ ਕੀਤਾ ਜਾਏ ਲੇਕਿਨ ਕੁਝ 사ਦਕ ਇੰਨਾ ਹੌਸਲਾ ਵੀ ਨਹੀਂ ਕਰ ਪਾਉਂਦੇ ਤਾਂ ਵਿਚਾਲੇ ਵੀ ਦੂਜੇ ਪੜਾਅ 'ਚ ਉਹਨਾਂ ਨੂੰ ਅਜਿਹਾ ਖਿਆਲ ਆ ਸਕਦਾ ਹੈ ਵਸਤਰਾਂ ਨੂੰ ਅਲੱਗ ਕਰ ਦੇਣਾ ਇਹ ਉਪਯੋਗਤਾ ਜੇਕਰ ਵਸਤਰ ਸਿਰਫ ਵਸਤਰ ਹੀ ਹੁੰਦੇ ਤਾਂ ਨਾ ਹੁੰਦੀ ਵਸਤਰਾਂ ਦੇ ਨਾਲ ਬਹੁਤ ਕੁਝ ਜੁੜਿਆ ਹੈ ਜਦ ਤੁਸੀਂ ਬੱਚੇ ਦੀ ਤਰ੍ਹਾਂ ਪੈਦਾ ਹੋਏ ਸੀ ਤਾਂ ਨਗਨ ਸੀ ਜਦ ਵੀ ਤੁਸੀਂ ਮੁੜ ਕੇ ਨਗਨ ਖੜੇ ਹੋ ਜਾਂਦੇ ਹੋ ਤੁਸੀਂ ਆਪਣੇ ਬਚਪਨ 'ਚ ਵਾਪਸ ਪਰਤ ਜਾਂਦੇ ਹੋ ਵਸਤਰ ਤੁਹਾਡੇ ਉੱਤੇ આરોਪਿਤ ਕੀਤੇ ਗਏ ਹਨ ਜਿਸ ਦਿਨ ਤੋਂ ਤੁਹਾਡੇ ਵਸਤਰ આરોਪਿਤ ਕੀਤੇ ਗਏ ਉਸੇ ਦਿਨ ਤੋਂ ਤੁਹਾਨੂੰ ਸਰੀਰ ਦਾ बोਧ ਹੋਇਆ ਉਸੇ ਦਿਨ ਤੋਂ ਸਰੀਰ 'ਚ ਕੁਝ ਪਾਪ ਹੈ ਸਰੀਰ 'ਚ ਕੁਝ ਛੁਪਾਉਣ ਯੋਗ ਹੈ ਸਰੀਰ 'ਚ ਕੁਝ ਟਕਣ ਯੋਗ ਹੈ ਸਰੀਰ 'ਚ ਕੁਝ ਬੁਰਾ ਹੈ ਇਹ ਸਾਰੇ ਪਾਪ ਪੈਦਾ ਹੋਏ ਛੋਟੇ ਬੱਚੇ ਨੂੰ ਉਹਦੇ ਮਾਂ-ਬਾਪ ਜੇਕਰ ਨਗਨ ਆ ਜਾਈ ਤਾਂ ਘੂਰਨਗੇ ਝਿੜਕਣਗੇ ਤਾਂ ਸਰੀਰ ਦੇ ਪ੍ਰਤੀ ਇੱਕ ਨਿੰਦਿਆ ਦਾ ਭਾਵ ਵਸਤਰਾਂ ਦੇ ਨਾਲ ਹੀ ਪੈਦਾ ਹੋਇਆ ਸਰੀਰ 'ਚ ਕੁਝ ਬੁਰਾ ਹੈ ਖਾਸ ਕਰਕੇ ਜਨਨ ਇੰਦਰੀਆਂ ਬੁਰੀਆਂ ਹਨ ਛਪਾਉਣ ਯੋਗ ਹਨ ਉਹਦੇ ਨਾਲ ਹੀ ਤੁਹਾਡਾ ਸਰੀਰ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ ਹੇਠਾਂ ਦਾ ਸਰੀਰ ਕੁਝ ਬੁਰਾ ਹੈ ਉੱਪਰ ਦਾ ਸਰੀਰ ਕੁਝ ਚੰਗਾ ਹੈ ਇਹ ਜੋ ਵੰਡਾਰਾ ਹੈ ਸਰੀਰ ਦੇ ਅੰਦਰ ਇਹਨੇ ਤੁਹਾਡੀ ਜੀਵਨ ਚੇਤਨਾ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ ਆਮ ਤੌਰ ਤੇ ਲੋਕ ਆਪਣੇ ਸਰੀਰ ਨੂੰ ਹੀ ਆਪਣਾ ਮੰਨਦੇ ਹੈ ਬਾਕੀ ਸਰੀਰ ਨੂੰ ਆਪਣਾ ਨਹੀਂ ਮੰਨਦੇ ਬੋਤ ਹੋਇਆ ਤਾਂ ਸਰੀਰ ਦੇ ਉੱਪਰਲੇ ਹਿੱਸੇ ਨੂੰ ਆਪਣਾ ਮੰਨਦੇ ਹੈ ਹੇਠਲੇ ਹਿੱਸੇ ਨੂੰ ਇਹ ਮੰਨਦੇ ਹੈ ਕਿ ਮਜਬੂਰੀ ਹੈ ਇਸ ਨਾਲ ਤੁਹਾਡੇ ਅੰਦਰ ਜੋ ਜੀਵਨ ਊਰਜਾ ਹੈ ਉਹ ਖੰਡਿਤ ਹੋ ਗਈ ਹੈ ਬੱਚੇ ਦੇ ਅੰਦਰ ਜੀਵਨ ਊਰਜਾ ਅਖੰਡ ਹੁੰਦੀ ਹੈ ਉਹਦਾ ਚੱਕਰ ਹੁੰਦਾ ਹੈ ਤੁਹਾਡੇ ਅੰਦਰ ਉਹ ਚੱਕਰ ਨਹੀਂ ਹੈ ਲੇਕਿਨ ਜਿਸ ਦਿਨ ਤੁਸੀਂ ਹੌਸਲਾ ਕਰਦੇ ਹੋ ਵਸਤਰਾਂ ਨੂੰ ਲਾ ਕੇ ਰੱਖ ਦਿੰਦੇ ਹੋ ਉਸੇ ਦਿਨ ਵਸਤਰ ਪਹਿਨਣ ਦੇ ਦਿਨ ਤੋਂ ਵਸਤਰ ਜ਼ਬਰਦਸਤੀ ਪਹਿਨਾਈ ਜਾਣ ਦੇ ਦਿਨ ਤੋਂ ਹੁਣ ਤੱਕ ਤੁਹਾਡੇ ਚਿੱਤ ਉੱਤੇ ਜੋ-ਜੋ ਸਰੀਰ 'ਚ ਨਿੰਦਿਆ ਦੇ ਭਾਅ ਸਨ ਉਹ ਵੀ ਹਟ ਜਾਂਦੇ ਹਨ ਤੁਹਾਨੂੰ ਖਿਆਲ ਨਹੀਂ ਹੋਏਗਾ ਕਿ ਅਸੀਂ ਇੰਨੇ ਵਸਤਰਾਂ 'ਚ ਰਹਿੰਦੇ ਆ ਕਿ ਹੌਲੀ-ਹੌਲੀ ਅਸੀਂ ਖੁਦ ਭੁੱਲ ਗਏ ਆ ਕਿ ਵਸਤਰਾਂ ਦੇ ਬਿਨਾਂ ਸਾਡਾ ਸਰੀਰ ਕੀ ਹੈ ਵਸਤਰਾਂ 'ਚ ਅਸੀਂ ਕੈਦ ਵਾਂਗਾਂ ਵਸਤਰ ਹਟਦੇ ਹੀ ਅਸੀਂ ਮੁਕਤ ਹੋ ਜਾਂਦੇ ਆ ਪਸ਼ੂ ਪੰਛੀਆਂ ਦੀ ਤਰ੍ਹਾਂ ਮੁਕਤ ਹੋ ਜਾਂਦੇ ਆ ਉਸ ਮੁਕਤਤਾ ਦਾ ਉਪਯੋਗ ਕੀਤਾ ਜਾ ਸਕਦਾ ਹੈ ਇਸ ਲਈ ਉਪਯੋਗਤਾ ਤਾਂ ਬਹੁਤ ਹੈ ਲੇਕਿਨ ਇਸ ਸ਼ਿਵਰ ਵਿੱਚ ਮਜਬੂਰੀ ਸੀ ਮਜਬੂਰੀ ਅਜਿਹੀ ਸੀ ਕਿ ਜਾਂ ਤਾਂ ਸ਼ਿਵਰ ਹੋਵੇ ਤਾਂ ਨਗਨਤਾ ਦੀ ਸਹੂਲਤ ਨਹੀਂ ਹੋ ਸਕੇਗੀ ਨਗਨਤਾ ਦੀ ਸਹੂਲਤ ਕਰਨੀ ਹੋਵੇ ਤਾਂ ਸ਼ਿਵਰ ਨਹੀਂ ਹੋ ਸਕੇਗਾ ਇਹਨਾਂ ਦੋਨਾਂ 'ਚ ਜੋ ਬਹੁਤ ਘੱਟ ਬੁਰਾਈ ਸੀ ਉਹੀ ਚੁਣ ਲੈਣੀ ਮੁਨਾਸਿਬ ਸਮਝੀ ਕਿਉਂਕਿ ਰਾਜਸਥਾਨ ਸਰਕਾਰ ਨੇ ਸਿਰਫ 2 ਦਿਨ ਪਹਿਲਾਂ ਖਬਰ ਭੇਜ ਦਿੱਤੀ ਹੈ ਕਿ ਉਹ ਆਪਣੇ ਕੋਈ ਮੈਦਾਨ ਆਪਣੀ ਕੋਈ ਸੰਸਥਾ ਆਪਣਾ ਕੋਈ ਪਵਨ ਨਹੀਂ ਦੇ ਸਕਣਗੇ ਦੋ ਦਿਨ ਪਹਿਲਾਂ ਕੋਈ ਵੀ ਇੰਤਜ਼ਾਮ ਕਰਨਾ ਮੁਸ਼ਕਲ ਸੀ ਤੇ 사ਧਕ ਸਾਰੀ ਦੁਨੀਆ ਤੋਂ ਆ ਚੁੱਕੇ ਸਨ ਭਾਰਤ ਦੇ 사ਧਕ ਤਾਂ ਆਉਣ ਵਾਲੇ ਸਨ ਭਾਰਤ ਤੋਂ ਬਾਹਰ ਦੇ 사ਧਕ ਵੀ ਆ ਚੁੱਕੇ ਸਨ ਹੋਰ ਕੋਈ ਉਪਾਅ ਨਹੀਂ ਸੀ ਤੇ ਸਰਕਾਰ ਨੂੰ ਇਨਾ ਹੱਕ ਹੈ ਹੀ ਕਿ ਉਹ ਆਪਣੀ ਜ਼ਮੀਨ ਦੇ ਲਈ ਇਨਕਾਰ ਕਰ ਦੇ ਕਿ ਉੱਥੇ ਕੋਈ ਨਗਨ ਨਹੀਂ ਹੋ ਸਕੇਗਾ ਉਹਦੇ ਹੱਕ ਵਿੱਚ ਵੀ ਕੋਈ ਬੁਰਾਈ ਨਹੀਂ ਹੈ ਉਹ ਜ਼ਮੀਨ ਉਹਨਾਂ ਦੀ ਹੈ ਸਾਡੇ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ ਇੱਥੇ ਇਸ ਪੈਲਸ ਹੋਟਲ ਵਿੱਚ ਜਿੱਥੇ ਇੰਤਜ਼ਾਮ ਕੀਤਾ ਗਿਆ ਹੈ ਹੋਟਲ ਪ੍ਰਬੰਧਕਾਂ ਦੀ ਵੀ ਮਜਬੂਰੀ ਹੈ ਉਹ ਵੀ ਹੌਸਲਾ ਨਹੀਂ ਜੁਟਾ ਸਕਦੇ ਕਿ ਨਗਨ ਹੋਣ ਦਾ ਮੌਕਾ ਦੇਣ ਕਿਉਂਕਿ ਉਹਨਾਂ ਦੇ ਲਈ ਸਵਾਲ ਕਾਰੋਬਾਰ ਦਾ ਹੈ ਇਸ ਲਈ ਮਜਬੂਰੀ ਸੀ ਕਿ ਸਵੇਰ ਦੀ ਨਗਨਤਾ ਤੇ ਪਾਬੰਦੀ ਲਾ ਦੇਣੀ ਪਈ ਪਰ ਇਹ ਤੋਂ ਤੁਸੀਂ ਇਹ ਨਾ ਸਮਝਣਾ ਕਿ ਅਸੀਂ ਕੋਈ ਸਾਧਨਾ ਦੀ ਪ੍ਰਣਾਲੀ ਬਦਲ ਲਈ ਹੈ ਇਸ ਤੋਂ ਤੁਸੀਂ ਇਹ ਵੀ ਨਾ ਸਮਝਣਾ ਇਹ ਤੋਂ ਤੁਸੀਂ ਇਹ ਵੀ ਨਾ ਸਮਝਣਾ ਇਹ ਸਰਕਾਰ ਦੇ ਸਾਹਮਣੇ ਕੋਈ ਅਸੀਂ ਝੁੱਕ ਗਏ ਆ ਇਹ ਸਾਰੀਆਂ ਗੱਲਾਂ ਨਹੀਂ ਹਨ ਨਾ ਤਾਂ ਕੋਈ ਝੁਕਣ ਦਾ ਸਵਾਲ ਹੈ ਨਾ ਕੋਈ ਵਿਵਸਥਾ ਬਦਲਣ ਦੀ ਗੱਲ ਹੈ ਸਰਕਾਰ ਨੇ ਸਾਨੂੰ ਇੱਕ ਸਹੂਲਤ ਹੀ ਦਿੱਤੀ ਉਸ ਨਾਲ ਲਾਭ ਹੀ ਹੋਏਗਾ ਕਿ ਅਸੀਂ ਆਪਣਾ ਹੀ ਇੰਤਜ਼ਾਮ ਛੇਤੀ ਕਰ ਸਕਾਂਗੇ ਜਿੱਥੇ ਕਿਸੇ ਦੀ ਕੋਈ ਪਾਬੰਦੀ ਨਾ ਹੋ ਸਕੇ ਸਰਕਾਰ ਦੀਆਂ ਆਪਣੀਆਂ ਮਜਬੂਰੀਆਂ ਹਨ ਉਹਦੇ ਉੱਪਰ ਆਪਣੇ ਦਬਾਅ ਹਨ ਸਮਾਜ ਦੇ ਸੰਸਕਾਰਾਂ ਦੇ ਸਮੂਹ ਦੇ ਲੇਕਿਨ ਸਾਡਾ ਨਿੱਜੀ ਇੰਤਜ਼ਾਮ ਹੋਵੇ ਤਾਂ ਕੋਈ ਦਬਾ ਨਹੀਂ ਪਾਇਆ ਜਾ ਸਕਦਾ ਉਹ ਸਾਡੀ ਨਿੱਜੀ ਵਿਵਸਥਾ ਹੋਏਗੀ ਉਹਦੇ ਅੰਦਰ ਜਿਹੜੇ ਨਗਨ ਹੋਣਾ ਚਾਹੁੰਦੇ ਆ ਹੋ ਸਕਦੇ ਆ ਉਹ ਕੋਈ ਪਬਲਿਕ ਕੋਈ ਸਰਬਜਨਕ ਥਾਂ ਨਹੀਂ ਹੋਏਗੀ ਹੁਣੇ ਹੋਟਲ ਹੈ ਸਰਬਜਨਕ ਥਾਂ ਹੈ ਹੋਰ ਲੋਕ ਵੀ ਆ ਸਕਦੇ ਆ ਜਿੱਥੇ ਹੋਰ ਲੋਕ ਵੀ ਆ ਸਕਦੇ ਆ ਉੱਥੇ ਹੋਰ ਲੋਕਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਤੇ ਫਿਰ ਜੀਵਨ ਨੂੰ ਬਦਲਣ ਦੀਆਂ ਜੋ ਵੀ ਪ੍ਰਕਿਰਿਆਵਾਂ ਹਨ ਉਹ ਆਮ ਤੌਰ ਤੇ ਹਮੇਸ਼ਾ ਇਸ ਸਮੂਹ ਦੇ ਉਲਟ ਪੈ ਸਕਦੀਆਂ ਹਨ ਨਗਨਤਾ ਦਾ ਇਹ ਸਵਾਲ ਨਹੀਂ ਹੈ ਨਗਨਤਾ ਦਾ ਸਿਰ ਪ੍ਰਤੀਕ ਹੈ ਅਸੀਂ ਜੋ ਵੀ ਕਰ ਰਹੇ ਹਾਂ ਉਹ ਸਮੂਹ ਦੀਆਂ ਧਾਰਨਾਵਾਂ ਦੇ ਉਲਟ ਪੈ ਗਏ ਕਿਉਂਕਿ ਸਮੂਹ ਜਿਉਂਦਾ ਹੈ ਅੰਨੇ ਵਾਂਗ ਬਿਨਾਂ ਸੋਚੇ ਸਮਝੇ ਸਮੂਹ ਜਿਉਂਦਾ ਹੈ ਪਰੰਪਰਾ ਦੀ ਲੀਕ ਉੱਤੇ ਜੋ ਪਰੰਪਰਾ ਕਹਿੰਦੀ ਹੈ ਉਹਨੂੰ ਠੀਕ ਮੰਨਦਾ ਹੈ ਭਾਵੇਂ ਉਸ ਠੀਕ ਮੰਨਣ ਦੇ ਕਾਰਨ ਉਹਨੂੰ ਕਿੰਨਾ ਹੀ ਦੁੱਖ ਚੱਲਣਾ ਪੈਂਦਾ ਹੋਵੇ ਉਹਨੂੰ ਖਿਆਲ ਵੀ ਨਹੀਂ ਹੁੰਦਾ ਕਿ ਮੇਰੀਆਂ ਮਨ ਤਮਾਈ ਮੇਰੇ ਦੁੱਖ ਦਾ ਕਾਰਨ ਹਨ ਜਿਹੜੇ ਵੀ ਲੋਕ ਜੀਵਨ 'ਚ ਕ੍ਰਾਂਤੀ ਕਰਨ ਨੂੰ ਉਤਸੁਖ ਹਨ ਉਹਨਾਂ ਨੂੰ ਸਮੂਹ ਦੀਆਂ ਧਾਰਨਾਵਾਂ ਦੇ ਪਾਰ ਤਾਂ ਉੱਠਣਾ ਹੀ ਪੈਂਦਾ ਹੈ ਸੰਨਿਆਸੀ ਦਾ ਇਹੀ ਅਰਥ ਹੈ ਸੰਨਿਆਸ ਦਾ ਅਰਥ ਸਮਾਜ ਨੂੰ ਛੱਡਣਾ ਨਹੀਂ ਹੈ ਕਿਉਂਕਿ ਸਮਾਜ ਨੂੰ ਤਾਂ ਛੱਡਿਆ ਜਾ ਹੀ ਨਹੀਂ ਸਕਦਾ ਸੰਨਿਆਸ ਦਾ ਅਰਥ ਹੈ ਸਮਾਜ ਦੀਆਂ ਧਾਰਨਾਵਾਂ ਦੇ ਪਾਰ ਉੱਠਣਾ ਉਹ ਜੋ ਸਮਾਜ ਜੀ ਨੂੰ ਠੀਕ ਸਮਝਦਾ ਜੇਕਰ ਉਹ अनुभव ਨਾਲ ਠੀਕ ਜਾਪੇ ਤਾਂ ਹੀ ਮੰਨਣਾ ਜੇ ਅਨੁਭਵ ਨਾਲ ਠੀਕ ਨਾ ਜਾਪੇ ਤਾਂ ਉਦੋਂ ਭਿੰਨ ਦੀ ਖੋਜ ਕਰਨਾ ਫਿਰ ਵੀ ਬੁੱਧੀਮਾਨ ਵਿਅਕਤੀ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਜਿਨ੍ਹਾਂ ਦੇ ਦਰਮਿਆਨ ਜਿਉਂਦੇ ਹਾਂ ਉਹਨਾਂ ਦੀਆਂ માનਤਾਵਾਂ ਉਹਨਾਂ ਦੀਆਂ ਧਾਰਨਾਵਾਂ ਅਸੀਂ ਆਪਣੇ ਲਈ ਤਾਂ ਛੱਡ ਸਕਦੇ ਹਾਂ ਲੇਕਿਨ ਅਸੀਂ ਉਹਨਾਂ ਦੀਆਂ ਧਾਰਨਾਵਾਂ ਨੂੰ ਤੋੜੀਏ ਉਹ ਨਹੀਂ ਨਾ ਸਕਦੇ ਅਸੀਂ ਆਪਣੇ ਲਈ ਉਹਨਾਂ ਦੀਆਂ ਧਾਰਨਾਵਾਂ ਨੂੰ ਤੋੜ ਸਕਦੇ ਹਾਂ ਅਸੀਂ ਧਾਰਨਾਵਾਂ ਤੋਂ ਮੁਕਤ ਹੋ ਸਕਦੇ ਹਾਂ ਉਹ ਸਾਡੀ ਨਿੱਜੀ ਸੁਤੰਤਰਤਾ ਹੈ ਪਰ ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਤੁਸੀਂ ਸੜਕ ਤੇ ਜਾ ਕੇ ਨਗਨ ਖੜੇ ਹੋ ਜਾਓ ਕਿਉਂਕਿ ਸੜਕ ਤੁਹਾਡੀ ਨਹੀਂ ਹੈ ਸੜਕ ਦੇ ਆਸ-ਪਾਸ ਰਹਿਣ ਵਾਲੇ ਜਿਹੜੇ ਲੋਕ ਹਨ ਉਹਨਾਂ ਨੂੰ ਕਿਸੇ ਵੀ ਗੱਲ ਤੋਂ ਦੁੱਖ ਹੋਵੇਗਾ ਜੇ ਕੋਈ ਵੀ ਕੰਮ ਕਰਨਾ ਵਾਜਬ ਨਹੀਂ ਹੈ ਲੇਕਿਨ ਮੈਂ ਸੜਕ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕੋਈ ਨਿਰਜਨ ਇਕਾਂਤ ਵਿੱਚ ਆਪਣੀ ਵਿਵਸਥਾ ਦੇ ਅੰਦਰ ਨਗਨ ਖੜਾ ਹੋਵੇ ਤਾਂ ਉਸ ਚੜ੍ਹ ਇਚਨ ਪਦਾਨਾ ਕਰਨ ਵਿਅਕਤੀ ਦੀ ਸੁਤੰਤਰਤਾ ਦਾ ਮੁੱਲ ਹੋਣਾ ਚਾਹੀਦਾ ਧੰਨਵਾਦ